ਤੇ ਜਾਵਾਂਗੇ, ਨਹੀਂ ਚੱਪ ਕਰਾਂਗੇ ਅਸੀਂ ਸੁਖੀ ਸੁਖੀ ਕਰ ਨਾ ਜਾਵਾਂਗੇ, ਅਸੀਂ ਗੋ ਗੋ ਚੱਕਰ ਵਿੱਚ ਫਸ ਜਾਵਾਂਗੇ ਜੂਨਾਂ ਵਿੱਚ, ਤੇ ਫਿਰ ਦਰਾ ਔਖਣ ਕੇ ਆ ਜਾਣਾ ਤੁਹਾਡੇ ਕੋਲ। ਤਾਈ ਬਾਗੂ ਜੀ ਪਹਿਲੋ ਹੀ ਕਹਿੰਦੇ ਆ ਕਿ ਤੁਸੀਂ ਪਹਿਲੋ ਨਾ ਜੂਨਾਂ ਵਿੱਚ ਚਲ ਜਾਇਓ, ਪਹਿਲੋ ਹੀ ਅਸੀਂ ਜੂਨਾਂ ਵਿੱਚ ਹੋ ਕੇ ਆਏ ਹਾਂ। ਬਾਗੂ ਜੀ ਨੇ ਹੁਣੇ ਸਾਡੇ ਕੋਲ ਕਿਰਪਾ ਕੀਤੀ ਆ ਕਿ ਤੁਸੀਂ ਨਾ ਜਪ ਜਪ ਕੇ ਮੇਰੇ ਕੋਲ ਸੁੱਕੀ ਸੁੱਕੀ ਕਰ ਲਾ ਜੋ। ਵਾਹਿਗੁਰੂ ਜੀ, ਇੱਕ ਬੇ ਪੁੱਛਣਾ ਸੀਗਾ ਕਿ ਪੰਜ ਚੋਰ ਕਿੱਥੇ ਰਹਿੰਦੇ ਆ? ਪੰਜ ਚੋਰ ਤਾਤ ਦੇ ਰਸਤੇ ਰਹਿੰਦੇ ਆ। ਅੱਛਾ ਅੱਛਾ, ਤਾਤ ਦੇ ਰਸਤੇ ਤੇ ਰਹਿੰਦੇ ਆ, ਤੇ ਇਹ ਕਿੱਥੇ ਨੇ ਪੰਜ ਚੋਰ? ਉਦਾਂ ਹੋਰ ਕਿੱਥੇ ਰਹਿੰਦੇ? ਵਾਹਿਗੁਰੂ ਜੀ ਕੀ ਦੱਸਦੇ ਕਿੱਥੇ ਰਹਿੰਦੇ ਆ? ਵਾਹਿਗੁਰੂ ਜੀ ਦੱਸਦੇ ਆ ਅੰਦਰ ਦੇ ਹੀ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੈਂ ਹਾਲਾ, ਵਾਹਿਗੁਰੂ ਵਾਹਿਗੁਰੂ। ਸਾਡਾ ਅੰਮ੍ਰਿਤ ਰਸ ਲੁੱਟਦੇ ਆ, ਇਹ ਅੰਮ੍ਰਿਤ ਰਸ ਕਿੱਥੇ ਰੱਖਿਆ ਵਾਹਿਗੁਰੂ ਜੀ ਨੇ? ਅੱਛਾ, ਖੂੰਟਾ ਭਰ ਕੇ ਰੱਖਿਆ ਵਾ। ਤੇ ਗੁਰਬਾਣੀ ਗੁਰੂ ਅੰਮ੍ਰਿਤ ਰਸ ਬਾਰੇ ਕੀ ਕਹਿੰਦੇ ਆ? ਕਹਿੰਦੇ ਆ ਕਿ ਨਾਮ ਜਪ ਜਪ ਕੇ ਤੇ ਤੁਸੀਂ ਅੰਮ੍ਰਿਤ ਰਸ ਜਪ ਜਪ ਕਰ ਕਰ ਕੇ ਅੰਮ੍ਰਿਤ ਰਸ ਵਿੱਚੋਂ ਕੱਢ ਲਓ ਤੇ ਅੰਮ੍ਰਿਤ ਰਸ ਪੀ ਲਓ। ਕੀ ਕਹਿੰਦੇ? ਅੰਤਰ ਖੂੰਟਾ ਅੰਮ੍ਰਿਤ ਖੂੰਟਾ ਅੰਮ੍ਰਿਤ ਫੈਲਿਆ, ਸਭਰੇ ਕਾਲ ਪੀਏ ਪਨਹਾਰੇ। ਸਤਿ ਬਚਨ ਵਾਹਿਗੁਰੂ ਜੀ।